ਇਸ ਤੁਸੀਂ ਦੇਖ ਸਕਦੇ ਹੋ ਇਹਦਾ ਸਿੰਘ ਚੜਾਈ ਚੜੂਈ ਬਹੁਤ ਹੈਗੀ ਜਫਰਾਬਾਦ ਦੀ ਮੱਝ ਆ ਇਹ ਤੁਹਾਨੂੰ ਆਪਾਂ ਬਹੁਤ ਸੋਹਣੀ ਝੋਟੀ ਹੋਰ ਦਿਖਾਉਂਦੇ ਹਾਂ ਬਹੁਤ ਵੱਡਾ ਕੱਦ ਕਾਠ ਹੈਗਾ ਸਨੱਖੀ ਵੀ ਹੱਦੋਂ ਵੱਧ ਹੈਗੀ ਬਹੁਤ ਸੋਹਣੀ ਝੋਟੀ ਹੈ ਇਹ ਵੀ ਤਾਜ਼ੀ ਸੂਈ ਵੀ ਹੈਗੀ ਕੱਦ ਕਾਠ ਵੀ ਚੰਗਾ ਅਤੇ ਆਰਡਰ ਵੀ ਬਹੁਤ ਸੋਹਣਾ ਥਾਣਾ ਦਾ ਸਾਇਜ਼ ਦੋਸਤੋ ਤੁਹਾਨੂੰ ਆਪਾਂ ਨੀਲੀ ਰਾਵੀ ਦੀ ਝੋਟੀ ਦਿਖਾਉਂਦੇ ਹਾਂਗੇ ਅਤੇ ਪਹਿਲਾਂ ਸੂਆ ਹੀ ਲੱਗਦੀ ਹੈਗੀ ਬਹੁਤ ਸੋਹਣੀ ਹੈਗੀ ਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਅਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਪਸ਼ੂ ਮੰਡੀ ਮੌੜ ਜਿਹੜੀ ਕਿ ਮਹੀਨੇ ਦੇ ਵਿੱਚ ਇੱਕ ਵਾਰੀ ਲੱਗਦੀ ਆ ਅਤੇ ਹਰੇਕ ਮਹੀਨੇ ਦੀ ਇਹ 20 ਤਰੀਕ ਨੂੰ ਮੰਡੀ ਲੱਗਦੀ ਆ ਅੱਜ 20/10/2024 ਪੂਰੀ ਟੌਪ ਦੀ ਮੰਡੀ ਆ ਅਤੇ ਪੂਰੀ ਮਸ਼ਹੂਰ ਮੰਡੀ ਆ ਪੱਕੀ ਮੰਡੀ ਹੈਗੀ ਅਤੇ ਮਹੀਨੇ 'ਚ ਇੱਕ ਵਾਰੀ ਲੱਗਦੀ ਆ ਇਹ 20 ਤਰੀਕ ਨੂੰ ਅਤੇ ਸਪੈਸ਼ਲ ਮੱਝਾਂ ਦੀ ਕੋਈ ਮੰਡੀ ਆ ਇਹ ਟੌਪ ਕੁਆਲਿਟੀ ਦੀਆਂ ਮੱਝਾਂ ਝੋਟੀਆਂ ਇਸ ਮੰਡੀ ਦੇ ਉੱਤੇ ਪਹੁੰਚਦੀਆਂ ਗੀਆਂ ਅਤੇ ਤੁਸੀਂ ਇੱਥੇ ਆ ਕੇ ਕਿਸੇ ਤਰ੍ਹਾਂ ਦਾ ਵੀ ਜਾਨਵਰ ਖਰੀਦਣਾ ਚਾਹੋ ਸਸਤੇ ਮੁੱਲ ਦਾ ਦਰਮਿਆਨੇ ਦਾ ਅਤੇ ਮਹਿੰਗੇ ਰੇਟ ਦਾ ਅਤੇ ਤੁਸੀਂ ਇਸ ਮੰਡੀ ਤੋਂ ਆ ਕੇ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਦਾ ਹੀ ਜੁੜੇ ਰਹੋ ਜਿਹੜੇ ਭਰਾ ਚੈਨਲ 'ਤੇ ਨਵੇਂ ਆਏ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤਾਂ ਕਿ ਤੁਹਾਨੂੰ ਹਰੇਕ ਵੀਡੀਓ ਤੋਂ ਨੋਟੀਫਿਕੇਸ਼ਨ ਮਿਲਦਾ ਰਹੇ ਅਤੇ ਆਪਾਂ ਪਸ਼ੂ ਮੰਡੀਆਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਅੱਗੇ ਵੀ ਲੈ ਕੇ ਆਉਂਦੇ ਰਹਾਂਗੇ 23 ਤਰੀਕ ਨੂੰ ਆਪਾਂ ਜਗਰਾਓ ਮੰਡੀ ਕਵਰ ਕਰਾਂਗੇ ਅਤੇ ਬਾਕੀ ਜੋ ਆਉਣ ਵਾਲੇ ਮੇਲੇ ਆ ਉਹ ਵੀ ਆਪਾਂ ਸਾਰੇ ਕਵਰ ਕਰਾਂਗੇ ਤੁਸੀਂ ਆਪਣੇ ਚੈਨਲ ਦੇ ਨਾਲ ਜੁੜ ਸਕਦੇ ਹੋਗੇ ਅਤੇ ਆ ਜੋ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ ਵੀਡੀਓ ਦੇ ਵਿੱਚ ਦਿਖਾਉਂਦੇ ਹਾਂ ਤੁਹਾਨੂੰ ਆਪਾਂ ਚੰਗੇ ਚੰਗੇ ਜਾਨਵਰ ਦੋਸਤੋ ਤੁਹਾਨੂੰ ਆਪਾਂ ਨੀਲੀ ਰਾਵੀ ਦੀ ਝੋਟੀ ਦਿਖਾਉਂਦੇ ਹਾਂਗੇ ਅਤੇ ਪਹਿਲਾਂ ਸੂਆ ਹੀ ਲੱਗਦੀ ਹੈਗੀ ਬਹੁਤ ਸੋਹਣੀ ਹੈਗੀ ਅਤੇ ਬੱਚਾ ਤੁਸੀਂ ਮੂਹਰੇ ਦੇਖ ਸਕਦੇ ਹੋ ਤਾਜ਼ੀ ਸੂਈ ਹੈਗੀ ਅਤੇ ਬੈਕ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਥਣਾਂ ਦਾ ਸਾਇਜ ਅਤੇ ਸਿੰਗਾਂ ਦੀ ਕੁਆਲਿਟੀ ਦੇਖ ਸਕਦੇ ਹੋ ਮਾਰਕਿੰਗ ਵੀ ਬਹੁਤ ਸੋਹਣੀ ਆ ਪ੍ਰੋਪਰ ਹੈਗੀ ਪੂਰੀ ਅਤੇ ਅੱਖਾਂ ਵੀ ਬਹੁਤ ਵਧੀਆ ਹੈਗੀਆਂ ਕੁੰਡੇ ਸਿੰਗ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਅਤੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਚਾਰੇ ਲੱਤਾਂ ਦੇ ਉੱਤੇ ਪੂਰੇ ਪੂਰੇ ਹੈਗੇ ਅਤੇ ਪੂਛ ਵੀ ਅੱਧਾ ਕੁ ਚਿੱਟੀ ਹੈਗੀ ਅਤੇ ਥਣਾਂ ਦਾ ਸਾਇਜ਼ ਵੀ ਤੁਸੀਂ ਦੇਖ ਸਕਦੇ ਹੋ ਪਹਿਲੀ ਸਾਈਡ ਤੋਂ ਵੀ ਦੇਖ ਸਕਦੇ ਤੁਸੀਂ ਇਸ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਅਤੇ ਆਪਾਂ ਜੀ ਡਿਟੇਲ ਲੈਂਦੇ ਹਾਂ ਬਾਈ ਤੋਂ ਕੀ ਡਿਟੇਲ ਹੈਗੀ ਅਤੇ ਬੱਚਾ ਬਲੈਕ ਦੇ ਵਿੱਚ ਆਇਆ ਜਾਂ ਤਾਂ ਮੋਹਰਾ ਦਾ ਟੀਕਾ ਭਰਾਇਆ ਹੋਣਾ ਹੈਗਾ ਅਤੇ ਆਪਾਂ ਬਾਈ ਨਾਲ ਗੱਲਬਾਤ ਕਰਾਉਂਦੇ ਹਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਅਤੇ ਬਾਈ ਆਪਣਾ ਨਾਂ ਦੱਸ ਦਿਓ ਨਾਂ ਬਾਈ ਗੰਗੂ ਆ ਪਿੰਡ ਮਾੜੀ ਆ ਤਹਿਸੀਲ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਅਤੇ ਆਪਣੀ ਜਿਹੜੀ ਇਹ ਝੋਟੀ ਆ ਬਾਈ ਨੀਲੀ ਰਾਵੀ 'ਚ ਪੈਂਦੀ ਆਪਣੇ ਘਰ ਦੀ ਵੀ ਹੈਗੀ ਘਰ ਦੀ ਝੋਟੀ ਵਪਾਰ ਦਾ ਤਾਂ ਨਹੀਂ ਕੰਮ ਨਹੀਂ ਵੀਰੇ ਠੀਕ ਆ ਕਿਹੜੇ ਸੂਏ ਸੂਈ ਵੀ ਬਾਈ ਇਹ ਪਹਿਲਾਂ ਸੂਆ ਵੀਰੇ 4 ਦਾ ਹੁੰਦਾ ਮੂੰਹੋਂ 4 ਦਾ ਹੁੰਦਾ ਕਿੰਨੇ ਕੁ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੈਗੇ 10 ਦਿਨ ਬਾਈ 10 ਦਿਨ ਹੋ ਗਏ ਅਤੇ ਬੱਚਾ ਬੱਚਾ ਕੱਟਾ ਵੀਰੇ ਕੱਟਾ ਹੈਗਾ ਹੈ ਨਾ ਅਤੇ ਇਹ ਠੀਕ ਆ ਮੋਹਰਾ ਦਾ ਭਰਾਇਆ ਹੋਣਾ ਤੁਸੀਂ ਮਿਲਦਾ ਹੈ ਨਾ ਹਾਂ ਬਾਈ ਤਾਂ ਹੀ ਕਾਲਾ ਆਇਆ ਨਾ ਤਾਂ ਹੀ ਕਾਲਾ ਆਇਆ ਠੀਕ ਆ ਅਤੇ ਹੁਣ ਬਾਈ ਦੁੱਧ ਕਿੰਨਾ ਹੋਊਗਾ ਦੁੱਧ 10 ਕਿਲੋ ਆ 10 ਕਿਲੋ ਤਿਆਰ ਆ 12 ਕਿਲੋ ਦੀ ਨੀਂਦ ਹੈਗੀ ਆ 12 ਕਿਲੋ ਕਰ ਸਕਦੀ ਬਾਕੀ ਸੇਵਾ ਤੇ ਹੈ ਨਾ ਜੇ 10 ਕਿਲੋ ਹੁਣ ਤਿਆਰ ਆ ਤਾਂ ਠੀਕ ਆ ਅਤੇ ਬਾਈ ਇਹਦਾ ਮੁੱਲ ਕੀ ਰੱਖਿਆ ਆਪਾਂ ਮੁੱਲ 1,10,000 1,10,000 ਹਾਂਜੀ ਕਿੱਥੋਂ ਦੇ ਝਾਗ ਆਪਾਂ ਵੀ ਇੱਥੋਂ ਦੇ ਛੱਡ ਦਾਂਗੇ ਬਸ ਜਮਾਂ ਥੋੜ੍ਹਾ ਬਹੁਤਾ ਕਰ ਲਾਂਗੇ ਮਾਨ ਤਾਨ ਬਾਈ ਮਾਨ ਤਾਨ ਹੋ ਜੂ ਮੌਕੇ 'ਤੇ ਠੀਕ ਆ ਅਤੇ ਦੋਸਤੋ 1,10,000 ਨੂੰ ਮੁੱਲ ਹੈ ਇਹਦਾ ਮੌਕੇ 'ਤੇ ਮਾਨ ਤਾਨ ਹੋ ਜੂਗਾ ਬਾਕੀ ਝੋਟੀ ਸੋਹਣੀ ਹੈ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਗਾ ਅਤੇ ਜੇ ਇੱਥੇ ਵੇਖਦੀ ਹੈ ਤਾਂ ਠੀਕ ਆ ਅਤੇ ਨਹੀਂ ਤੁਸੀਂ ਬਾਈ ਦੇ ਨਾਲ ਕੰਟੈਕਟ ਕਰਕੇ ਅਤੇ ਝੋਟੀ ਨੂੰ ਖਰੀਦ ਸਕਦੇ ਹਾਂ ਅਤੇ ਨੰਬਰ ਤੁਹਾਨੂੰ ਲੈ ਕੇ ਦਿੰਦੇ ਬਾਈ ਨੰਬਰ ਬੋਲ 62847 5794 ਇੱਕ ਵਾਰੀ ਹੋਰ ਬੋਲਦੀ 62847 5794 ਅਤੇ ਇਸ ਨੰਬਰ 'ਤੇ ਤੁਸੀਂ ਬਾਈ ਦੇ ਨਾਲ ਸੰਪਰਕ ਕਰ ਸਕਦੇ ਹੋ ਜਿਹਨੂੰ ਝੋਟੀ ਪਸੰਦ ਆਉਂਦੀ ਹੈਗੀ ਝੋਟੀ ਸੋਹਣੀ ਹੈਗੀ ਅਤੇ ਬਾਕੀ ਵਾਧੇ ਵਾਲੀ ਗੱਲ ਆ ਨਾਲ ਕੱਟੀ ਹੈ ਕੱਟਾ ਹੈਗਾ ਨਾਲ ਤੁਸੀਂ ਮੰਡੀ ਦਾ ਮਾਹੌਲ ਵੀ ਦੇਖ ਸਕਦੇ ਹੋਗੇ ਮੌੜ ਮੰਡੀ ਦਾ ਮੰਡੀ ਕਾਫੀ ਭਰੀ ਹੈਗੀ ਅਤੇ ਪੂਰੀ ਟੌਪ ਕੁਆਲਿਟੀ ਦੀਆਂ ਇੱਥੇ ਮੱਝਾਂ ਪਹੁੰਚਦੀਆਂ ਜ਼ਿਆਦਾਤਰ ਮੱਝਾਂ ਦੀ ਮੰਡੀ ਹੈਗੀ ਤੁਹਾਨੂੰ ਆਪਾਂ ਨਾਲ ਦੀ ਨਾਲ ਮਾਹੌਲ ਵੀ ਦਿਖਾ ਦਿੰਦੇ ਹਾਂਗੇ ਪੂਰੀਆਂ ਟੌਪ ਦੀਆਂ ਸ਼ਕੀਨ ਝੋਟੀਆਂ ਇਸ ਮੰਡੀ ਦੇ ਉੱਤੇ ਪਹੁੰਚਦੀਆਂ ਗੀਆਂ ਅੱਜ ਤੁਹਾਨੂੰ ਆਪਾਂ ਮੰਡੀ ਦਾ ਵੀ ਮਾਹੌਲ ਦਿਖਾਵਾਂਗੇ ਨਾਲ ਦੀ ਨਾਲ ਅਤੇ
देख सकते हो तुम बिक्री वाले पशु। चलो आप दिखाने नहीं रहने के पशुओं के रेट वगैरह जो तोल के दिखाने सारा माहौल वो तो होंगे ही है। तुम्हें आप मंडी का माहौल भी दिखा देंगे नाल दी नाल की माहौल है मंडी का। दोस्तों थोड़ा आप नीली रावी के पी झोटी होर दिखाने गे बहुत सोहनी झोटी है भी ताजी सूई भी हैगी कद काठ भी चंगा तो आर्डर भी बहुत सोहना थाना का सैज सूई बहुत वधिया गा। तो बाकी सिंगा की क्वालिटी मार्किंग भी पूरी प्रॉपर हैगी देख सकते हो बैक साइड तो पैठ पूड़ा भी देख सकते हो थाना का सैज आ बाकी बच्चा देख सकते हो बच्चा मेरे हिसाब नाल कट्टा गा तो है पैंदा वह नीली रावी के ही है है बहुत वधिया। तो आप बाई तो डिटेल ले लेंगे की डिटेल है जी की गलबात आर्डर तुम एक करी मूर भी देख सकते हो बाकी बिच्छी बुच्छी भी थाना दे चंगी है। भाई यदि डिटेल दस्यो अपना नाम की है पहला दस्यो। मेरा नाम जगपाल है भाई। केड़ा पिंड है? पिंड तखतमल। अपना हाँ मानसा च पै जाता? नहीं अपने सस्ते जगह च पै जाता। अच्छा हरियाणे चो? हरियाणे। अच्छा हरियाणे चो पहुंचे हो ठीक है। तो अपनी यह झोटी बई कर दी है व्यापार का काम है? कर दी है। तो की डिटेल है बई कितना टाइम हो गया सूई नू? एक हफ्ता हो गया। एक हफ्ता हो गया तो बच्चा तो कट्टा है ना तो हुण दुध कितना कहू बई? दुध मुफ्त ते हैगा 13-14। कितना कढ दूगी? 15 लीटर कढ दूगी सूआ दूजा ठीक आ 15 लीटर जानी दे सकती है ना। उम्मीद है पूरी? उम्मीद है पूरी इन्ना कढ़ सकती है बाकी झोटी चंगी लगती वेखण नू। पहला ने 12 लीटर दिता है ठीक है अपने कोल ही सी आनी ठीक आ। ते मुल किन्ना रखा भाई इहदा? मुल 147 है। 147 ते किन्ने दी छड़नी लास्ट? मौके ते कर लांगे जी। मौके ते हो जूगा ना ठीक है। ते अपना नंबर दस दूंगे 7565 1965 1965 1965। इस नंबर से कॉन्टैक्ट कर सकते हो जे इतने ये झोटी बिकती है तो ठीक आ तो नहीं जिन्हों पसंद आती है तो बाइजा ना गलबात करके आपकी तसली करके तो झोटी को खरीद सकते हो गए। तो झोटी सोहनी आ बैक तो देख सकते हो पैठ पुड़े की चंकी हैगी बाकी आपकी समझना आपकी पसंद के नाल खरीद सकते हो। बाकी तुसी मंडी का माहौल नाल दी नाल देख सकते हो अज थोनू मंडी का माहौल आप दिखावांगे सारा। इधर माल पहुंची जाता गा तो सवेर का माहौल देख सकते हो। इधर होटल वाला सिस्टम खाण पीन का जो प्रबंध होंदा गा वो भी तुसी देख सकते हो। इधरले पासे भी तुसी माहौल देख सकते हो मंडी का। मंडी बहुत भर गई अच्छ दो मंडियां गई डब वाली मंडी भी एतवार का करके तो फिर भी माल बहुत पहुंच चुके हैं। इधरले पासे भी तुसी देख सकते हो माहौल मंडी का। उधर सामने एंट्री गेट है इधर पशुओं के हार शिंगार का समान भी है तो बाकी कुछ पशु इधर भी खड़े तुसी देख सकते हो। इधरले पासे भी देख सकते माहौल मंडी का। थोनों आप बहुत सोहनी झोटी होर दिखाने बहुत बड़ा कद काठ है सनखी भी हदों वध हैगी सिंगा की क्वालिटी देख सकते हो आर्डर भी बहुत जबरदस्त है। बैक साइड तो पैठ पुड़ा तुम देख सकते हो थाना का सैज तो थाना के बिथी बहुत चंगी हैगी तो डिटेल आप सारी बाई तो लै लेंगे की डिटेल आ की गलबात आ देख सकते हो तुसी बाई एन वधिया शिंगारी भी हैगी एन पूरी चंगी हैगी पूरे बड़े ढांचे की है पैठ पुड़ा भी बहुत हैगा बंद है।
डिटेल पुछते आप भाई तो थाना का साइज तुम देख सकते हो बिथी भी देख सकते हो बाकी इधर तो देख सकते हो थाना का साइज तो थाना के बिथी बहुत है डिटेल आप पुछते हैं भाई तो यदि की डिटेल हैगी की गलबात है जी बच्चा यदा मूहरे है कट्टा देख सकते हो। हाँ जी भाई सत श्रीकाल जी। सत श्रीकाल जी भाई अपना नाम की है? मेरा नाम खाजा जी। ठीक है तो अपना एड्रैस की है? एड्रैस पिंड बोरजमा जिला बठिंडा। जिला बठिंडा। हाँ जी तो अपने घर दी है भाई एक व्यापार का काम? व्यापार का काम है जी। व्यापार का काम है। हाँ जी तो की डिटेल है भाई यदि किडे सुई सुई भी है? ये दूजा सुआ सुई है जी पहले ने 15-16 किलो दूध दिता पहले ने। हाँ जी तो इस बार की उम्मीद आगी? एक ती ये उम्मीद है कि 18-19 किलो दूध 18-19 किलो कर दूंगी। हाँ जी तो सुई नु किने दिन हो गए? सुई नु अज 11वां दिन है। 11 दिन। हाँ जी तो हुण किन्ना तैयार है? हुण 16 किलो। हुण 16 किलो तैयार है। चुवा के दे सकदे आ दो टाइम चुवाई करा के? ठीक है फिर तो कढ दूंगी इना। हाँ कढ दूंगी जी कंडे दा दूध तैयार है 16 किलो। ठीक है। हाँ जी ते बच्चा की है? बच्चा कट्टा जी मगर कट्टा। हाँ जी ठीक है उधर मूहरे खड़ा है। हाँ जी हाँ जी ठीक है। लेवे लुवे कैपेसिटी बहुत चंगी है चवाई चुवी भी बहुत चंगी है। ठीक है जमा ओके सारे पक्का? हाँ जी हाँ जी चो के ले आ सकता अगला कंडे दा 16 किलो दूध चो के देवांगे। ठीक है। हाँ जी सूआ कड़ा दस्सिया जी? सूआ दूजा जी। सूआ दूजा। हाँ जी ठीक है ते अपने कोले भाई रूटीन दे विच पशु किन्ने खंदे हैगे? ਸਾਡੇ ਕੋਲੇ ਜੀ 10-12 ਮੱਝਾਂ ਹਰ ਟਾਈਮ ਤਿਆਰ ਹੁੰਦੀਆਂ ਨੇ। ਕੱਲੀਆਂ ਮੱਝਾਂ ਦੀ ਆ? ਕੱਲੀਆਂ ਮੱਝਾਂ ਦੀ ਆ। ਹਾਂਜੀ ਹੈ। ਗਾਈਆਂ ਨਹੀਂ? ਠੀਕ ਆ ਤੇ ਮੱਝਾਂ 'ਚ ਕੁਆਲਿਟੀ ਸਭ ਤਰ੍ਹਾਂ ਦੀ ਮਿਲ ਜੂਗੀ? ਹਾਂਜੀ ਹਰੇਕ ਤਰ੍ਹਾਂ ਦੀ ਕੁਆਲਿਟੀ ਮਿਲ ਜੂਗੀ। ਠੀਕ ਆ ਵੀ ਕਿਸੇ ਤਰ੍ਹਾਂ ਦੀ ਵੀ ਮੱਝ ਦੀ ਡਿਮਾਂਡ ਆ ਲੈ ਸਕਦਾ? ਹਰੇਕ ਰੇਟ ਮਿਲੂਗਾ। ਠੀਕ ਆ ਵੀ ਤੁਹਾਡੇ ਨਾਲ ਕੰਟੈਕਟ ਕਰ ਸਕਦਾ? ਹਾਂਜੀ ਅਗਲੇ ਦੀ ਡਿਮਾਂਡ ਹੈ ਉਹੋ ਜਿਹੇ ਰੇਟ ਦਾ ਪਸ਼ੂ ਆਪਣੇ ਕੋਲੇ ਹੁੰਦਾ ਜੀ। ਠੀਕ ਆ ਬਾਈ। ਹਾਂਜੀ ਤੇ ਇਹਦਾ ਮੁੱਲ ਕਿੰਨਾ ਕਰਿਆ? ਮੁੱਲ ਲਈ ਇਹਦਾ 3-20 ਕਰਦੇ। 3-20 ਤੇ ਲਾਸਟ ਕਿੰਨੀ ਦੇਣੀ ਹੈ? जिन्हू भी झोटी पसंद आ बाकी व्यापार का काम आ पशु होर भी होंगे है कोई होर भी पशु खरीदना किसी भी तरह का तो भी तुम बन जाना कॉन्टैक्ट कर सकते हो। धन्यवाद। तो मौड़ मंडी से आप एक जफराबादी मझ दिखाने है बहुत बड़ी हैगी बहुत डबल हैगी तो थोड़ा आप डिटेल लेके देवे तो वक्री किस्म की मझ है तुम देख सकते हो तो लोगों की भीड़ तुम देख सकते हो वेखण इस मझ न थाना देख सकते हो तुसी ते तुसी बच्चा भी देख सकते हो पूरे खड़ा है सिंग देख सकते हो लक्ष्मण बैक साइड तो भी देख सकते हो तुसी ते इधरली साइड तो भी देख सकते हो सुन च है भी मझा दुद्ध बहुत होंगे गई आप पुछते हैं भाई तो हाँ जी भाई सत श्रीकाल जी। सत श्रीकाल जी तो भाई कि पिंड पहुंचे आप? सनाम तो। सनाम तो? हाँ जी। ठीक है इधर संगरूर एरगा ना? हाँ जी। ठीक है तो भाई जी मझ आप लेके आए जफराबादी पी? हाँ जी। हाँ तो सूए कि दूजे दूजे सूए सूई भी है? हाँ। कि टाइम हो गया? हफ्ता हो गया। एक हफ्ता हो गया? हाँ जी। तो बच्चा की है? कट्टा है। ये भी जफराबादी जी? हाँ जी। ठीक है तो भाई यह दुध कि कड़ दें? 25 तो प्लस। ठीक है तो आप लेके आती जी आप घर बाली लेके आती है? ठीक है तो हूँ कि भाई तैयार? 23-24 लीटर। ठीक है तो मुल कि रखे आप? 5.5 लाख मुल ए 5.5 लाख रखे आप। ठीक है तो बाकी मौके तो हो जू मानता है ना ते अपना कॉन्टैक्ट नंबर दस्यो? 97805 जी 97805 8005। ठीक है जी।
दोस्तों डिटेल आप लेती है सारी जिन्हें पसंद आती कॉन्टैक्ट कर सकते बाइया के नाल तोर के दिखाने के रब तो कद काट देख सकते हो तुम बैक साइड तो चढ़ाई चढ़ुई बहुत आ गई जफराबाद की मझ है देख सकते हो तुम 25 तो 30 लीटर के दुध दिदा यह मझा दुध वाली होंगे मोड़ ला बई फेस तुम देख सकते हो यदा सिंग बाकी आर्डर थाना तो पूरी डबल हाथी जी मझ है तो कॉन्टैक्ट तुम कर सकते बाइया के नाल वक्री किस्म की हैगी ज़्यादातर ये गुजरात की नसल हैगी देख सकते हो बच्चा यदा मूहरे खड़ा डिटेल लेती आप कोई भी जानकारी लेनी है बाइया फोन पर गलबात कर सकते हो।